ਮਹੀਨੇ ਪਹਿਲਾਂ ਕਥਰੋਲ ਵਾਈਲਡ ਲਾਈਫ ਸੈਂਚੁਰੀ ਦੇ ਵਿੱਚ ਇੱਕ ਭਿਆਨਕ ਅੱਗ ਦਾ ਹਾਦਸਾ ਹੋਇਆ ਸੀ, ਜਿਸ ਕਾਰਨ ਸੈਂਚੁਰੀ ਨੂੰ ਜਿਹੜਾ ਹੈ 3 ਮਹੀਨੇ ਦੇ ਲਈ ਬੰਦ ਕਰ ਦਿੱਤਾ ਗਿਆ ਸੀ ਅਤੇ ਹੁਣ ਇੱਕ ਵਾਰ ਫਿਰ ਤੋਂ ਵਾਈਲਡ ਲਾਈਫ ਸੈਂਚੁਰੀ ਨੂੰ ਖੋਲ੍ਹ ਦਿੱਤਾ ਗਿਆ, ਜਿੱਥੇ ਦੁਬਾਰਾ ਤੋਂ ਜਿਹੜੇ ਪੇੜ ਪੌਦੇ ਸੜ ਕੇ ਨਸ਼ਟ ਹੋ ਗਏ ਸੀ ਉਹਨਾਂ ਦੀ ਥਾਂ 'ਤੇ ਨਵੇਂ ਪੌਦੇ ਜਿਹੜੇ ਨੇ ਉਹ ਲਗਾਏ ਗਏ ਨੇ ਅਤੇ ਕੁਝ ਚੇਂਜਸ ਜਿਹੜੇ ਨੇ ਉਹ ਵਾਈਲਡ ਲਾਈਫ ਸੈਂਚੁਰੀ ਦੇ ਵਿੱਚ ਲਿਆਂਦੇ ਗਏ ਨੇ, ਜੋ ਕਿ ਆਉਣ ਵਾਲੇ ਹਰ ਵਿਅਕਤੀ ਨੂੰ ਆਪਣੀ ਤਰਫ ਆਕਰਸ਼ਿਤ ਕਰਦੇ ਨੇ। ਅਤੇ ਇਹ ਤਮਾਮ ਜਾਣਕਾਰੀ ਜਿਹੜੀ ਹੈ DFO ਵਾਈਲਡ ਲਾਈਫ ਸੈਂਚੁਰੀ ਕਥਲੋਰ ਪਰਮਜੀਤ ਸਿੰਘ ਨੇ ਸਾਂਝੀ ਕੀਤੀ ਹੈ ਕਿ ਕਿਸ ਤਰ੍ਹਾਂ ਦੇ ਨਾਲ ਇੱਥੇ ਈਡੋਟੋਰੀਅਮ ਜਿਹੜਾ ਹੈ, ਈਕੋਟੋਰੀਅਮ ਅਸੀਂ ਕਹਿ ਸਕਦੇ ਹਾਂ, ਉਹ ਬਣਾਇਆ ਗਿਆ ਬੱਚਿਆਂ ਦੇ ਲਈ। ਈ ਕਾਰਡ ਦੀ ਫੈਸਿਲਿਟੀ ਜਿਹੜੀ ਹੈ ਉਹ ਦਿੱਤੀ ਗਈ ਹੈ, ਜਿਸ ਦੇ ਵਿੱਚ ਤੁਸੀਂ ਬੈਠ ਕੇ ਪੂਰੇ ਜਿਹੜਾ ਹੈ ਈਕੋ ਸਿਸਟਮ ਦਾ ਜਿਹੜਾ ਹੈ ਉਹ ਨਜ਼ਾਰਾ ਲੈ ਸਕਦੇ ਹੋ, ਕੁਦਰਤੀ ਖੂਬਸੂਰਤੀ ਦਾ ਨਜ਼ਾਰਾ ਜਿਹੜਾ ਉਹ ਲੈ ਸਕਦੇ ਹੋ। ਅਤੇ ਇਸ ਦੇ ਨਾਲ ਹੀ ਗਾਈਡਡ, ਇਸ ਦੇ ਨਾਲ ਹੀ ਲੈਕਚਰਾਰ ਜਿਹੜੇ ਨੇ ਉਹ ਵੀ ਹਾਇਰ ਕੀਤੇ ਗਏ ਨੇ, ਜੋ ਕਿ ਆਉਣ ਵਾਲੇ ਪ੍ਰਤੀਕ ਵਿਅਕਤੀ ਨੂੰ ਇਹ ਜਾਣਕਾਰੀ ਦੇਣਗੇ ਕਿ ਕਿਸ ਤਰ੍ਹਾਂ ਦੇ ਨਾਲ ਪੇੜ ਪੌਦੇ ਜਿਹੜੇ ਨੇ ਉੱਥੇ ਲਗਾਏ ਗਏ ਨੇ ਅਤੇ ਕੀ ਕੁਝ ਉਹਨਾਂ ਦੀ ਖਾਸੀਅਤ ਜਿਹੜੀ ਹੈ, ਜਾਨਵਰਾਂ ਦੀ ਖਾਸੀਅਤ ਜਿਹੜੀ ਹੈ, ਉਸ ਬਾਰੇ ਜਿਹੜਾ ਹੈ ਆਉਣ ਵਾਲੇ ਪ੍ਰਤੀਕ ਵਿਅਕਤੀ ਨੂੰ ਜਿਹੜੀ ਜਾਣਕਾਰੀ ਹੈ ਉਹ ਸਾਂਝੀ ਕਰਨਗੇ। ਇਸ ਮੌਕੇ 'ਤੇ DFO ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਵੱਧ ਚੜ੍ਹ ਕੇ ਇੱਥੇ ਆਪਣੇ ਬੱਚਿਆਂ ਨੂੰ ਲੈ ਕੇ ਆਉਣ, ਤਾਂ ਕਿ ਉਹਨਾਂ ਨੂੰ ਵੀ ਨੇਚਰ ਦੇ ਨਾਲ ਜੁੜਨ ਦਾ ਮੌਕਾ ਮਿਲੇ ਅਤੇ ਉਹਨਾਂ ਨੂੰ ਕੁਦਰਤੀ ਖੂਬਸੂਰਤੀ ਦਾ ਵੀ ਜਾਇਜ਼ਾ ਹੋਵੇ, ਕਿਸ ਤਰ੍ਹਾਂ ਦੇ ਨਾਲ ਨੈਚੁਰਲ ਚੀਜ਼ਾਂ ਜਿਹੜੀਆਂ ਨੇ ਉਹ ਵਰਕ ਕਰਦੀਆਂ ਨੇ। ਅਤੇ ਆਓ ਹੁਣ ਗੱਲਬਾਤ ਕਰ ਰਹੇ ਹਾਂ DFO ਪਰਮਜੀਤ ਸਿੰਘ ਦੇ ਨਾਲ, ਜੋ ਕਿ ਕਥਲੋਰ ਵਾਈਲਡ ਲਾਈਫ ਸੈਂਚੁਰੀ ਦੇ ਵਿੱਚ ਇਸ ਸਮੇਂ ਮੌਜੂਦ ਨੇ ਅਤੇ ਦੇਖ ਲੈਂਦੇ ਹਾਂ ਕੁਝ ਤਸਵੀਰਾਂ ਵਾਈਲਡ ਲਾਈਫ ਸੈਂਚੁਰੀ ਕਥਲੋਰ ਦੀਆਂ, ਕੀ ਕੁਝ ਚੇਂਜਸ ਆਏ ਨੇ ਅਤੇ ਕਿੰਨਾ ਖੂਬਸੂਰਤ ਨਜ਼ਾਰਾ ਜਿਹੜਾ ਹੈ ਉੱਥੇ ਦੇਖਣ ਨੂੰ ਮਿਲਦਾ ਹੈ। ਦੇਖੋ, ਸੈਂਚਰੀ ਜਿਹੜੀ ਹੈ ਉਹ ਥੋੜ੍ਹੇ ਚਿਰ ਵਾਸਤੇ ਬੰਦ ਕੀਤੀ ਸੀ ਕਿਉਂਕਿ ਉੱਥੇ ਅੱਗ ਲੱਗੀ ਸੀ, ਉਸ ਕਰਕੇ ਬੰਦ ਕੀਤੀ ਸੀਗੀ, ਲੇਕਿਨ ਹੁਣ ਉਹ ਦੁਬਾਰਾ ਫਿਰ ਇਹ ਖੋਲ੍ਹ ਦਿੱਤੀ ਗਈ ਕਿਉਂਕਿ ਹੁਣ ਸਾਡਾ ਵਾਈਲਡ ਲਾਈਫ ਵੀਕ ਚੱਲ ਰਿਹਾ ਅਤੇ ਵਾਈਲਡ ਲਾਈਫ ਦੀ ਵੀਕ ਦੇ ਵਿੱਚ ਜਿਹੜਾ ਲੋਕਾਂ ਨੂੰ ਔਰ ਬੱਚਿਆਂ ਨੂੰ ਜੰਗਲ ਔਰ ਜੰਗਲੀ ਜਾਨਵਰਾਂ ਬਾਰੇ ਦੱਸਣ ਵਾਸਤੇ ਜਿਹੜਾ ਹੈਗਾ ਕਥਰੋਲ ਸੈਂਚਰੀ ਨੂੰ ਖੋਲ੍ਹਿਆ ਗਿਆ ਵਾ, ਔਰ ਹੁਣ ਬਿਲਕੁਲ ਓਪਨ ਆ ਕਥਰੋਲ ਸੈਂਚਰੀ। ਸਾਰੇ ਮੈਂ ਵੀਰਾਂ ਭਰਾਵਾਂ ਨੂੰ ਬੇਨਤੀ ਕਰਦਾ, ਬੱਚਿਆਂ ਨੂੰ ਰਿਕੁਐਸਟ ਕਰਦਾ ਕਿ ਸਾਰੇ ਜਣੇ ਆ ਕੇ ਅਤੇ ਉੱਥੋਂ ਦਾ ਲੁਤਫ ਉਠਾਉਣ ਅਤੇ ਜੰਗਲੀ ਜਾਨਵਰਾਂ ਦੇ ਸੰਬੰਧ ਵਿੱਚ ਜਾਣਕਾਰੀ ਪ੍ਰਾਪਤ ਕਰਨ। ਦੇਖੋ, ਉੱਥੇ ਸਾਡੇ ਕੋਲ ਪ੍ਰਿੰਟ ਮਟੀਰੀਅਲ ਪਿਆ ਸਾਡੇ ਕੋਲ, ਨੰਬਰ 2 ਸਾਡੇ ਲੈਕਚਰ ਵਗੈਰਾ ਜਿਹੜੇ ਸਾਡੇ ਸਟਾਫ ਹੈਗਾ ਉਹ ਲੈਕਚਰ ਦੇ ਕੇ ਸਾਰਾ ਕੁਝ ਦੱਸਦਾ, ਪ੍ਰਿੰਟ ਵੀ ਹੈਗਾ, ਬੋਰਡ ਵੀ ਲੱਗੇ ਹੋਏ ਹਨ ਜਿੱਥੇ ਕਿ ਸਾਡਾ ਸਾਰਾ ਹੀ ਜਿੰਨੇ ਵੀ ਵਾਈਲਡ ਲਾਈਫ ਸੰਬੰਧਿਤ ਜੋ ਵੀ ਸਾਡਾ ਲਿਟਰੇਚਰ ਹੈਗਾ ਵਾ ਉੱਥੇ ਉਪਲਬਧ ਆ। ਦੇਖੋ ਬੱਚੇ, ਮੈਂ 2 ਚੀਜ਼ਾਂ ਉੱਥੇ ਹੈਗੀਆਂ ਵੀ, ਇੱਕ ਤਾਂ ਜੰਗਲ ਔਰ ਵਾਈਲਡ ਲਾਈਫ ਵੇਖਣ ਵਾਸਤੇ ਹੈਗੀ ਆ, ਦੂਜੀ ਹੈਗੀ ਆ ਇੱਕ ਥੋੜ੍ਹਾ ਜਿਹਾ ਜ਼ੋਨ ਜਿਹੜਾ ਸਾਡਾ ਟੂਰਿਜ਼ਮ ਈਕੋ ਟੂਰਿਜ਼ਮ ਜ਼ੋਨ ਬਣਾਇਆ ਹੋਇਆ, ਜਿਹੜਾ ਕਿ ਉੱਥੇ ਬੱਚੇ ਜਿਹੜੇ ਆਪਣਾ ਇੰਟਰਟੇਨਮੈਂਟ ਵੀ ਕਰ ਸਕਦੇ ਆ, ਬੋਟਿੰਗ ਕਰ ਸਕਦੇ ਆ, ਔਰ ਗੱਡੀ ਆ ਸਾਡੇ ਕੋਲ, ਈ ਕਾਰਡ ਪਏ ਸਾਡੇ ਗੋਲਫ ਕਾਰਡ, ਉੱਥੇ ਉਹ ਜੰਗਲ ਦੀ ਸੈਰ ਵੀ ਕਰ ਸਕਦੇ ਆ। ਦੇਖੋ ਇੱਦਾਂ ਆਪਣੇ ਇਹਦੇ ਵਿੱਚ ਮੈਂ ਇਹ ਕਹਿਣਾ ਚਾਹੁੰਦਾ ਵੀ ਆਮ ਲੋਕਾਂ ਨੂੰ ਇਹ ਅਪੀਲ ਆ ਵੀ ਆਪਣੇ ਸਿੱਖਣ ਵਾਸਤੇ ਜਾਓ, ਨਾ ਕਿ ਹੁੱਲੜਬਾਜ਼ੀ ਕਰਨ ਵਾਸਤੇ ਜਾਂ ਇੰਜੋਏਮੈਂਟ ਕਰਨ ਵਾਸਤੇ ਜਾਓ, ਸਿੱਖਣ ਵਾਸਤੇ ਆਪਣੇ ਬੱਚਿਆਂ ਨੂੰ ਜ਼ਰੂਰ ਲੈ ਕੇ ਆਓ, ਕਿਉਂਕਿ ਬੱਚੇ ਹੀ ਆਪਣਾ ਭਵਿੱਖ ਆ, ਔਰ ਬੱਚਿਆਂ ਨੂੰ ਜੇ ਅੱਜ ਆਪਾਂ ਸਿਖਾਵਾਂਗੇ ਵੀ ਸਾਡੇ ਜੀਵਨ ਦੇ ਵਿੱਚ ਜੰਗਲ ਅਤੇ ਜੰਗਲੀ ਜੀਵਨ 'ਤੇ ਕੀ ਮਹੱਤਤਾ, ਅਤੇ ਉਸ ਬਾਰੇ ਜੇ ਦੱਸਾਂਗੇ ਤਾਂ ਹੀ ਬੱਚੇ ਅੱਗੇ ਸਿੱਖਣਗੇ, ਨਹੀਂ ਤਾਂ ਆਪਣਾ ਜਿਹੜੀ ਧਰਤੀ ਹੈ ਜਾਂ ਆਪਣੇ ਜਿਹੜਾ ਜੀਵਨ ਆ ਇਹ ਵਿਅਰਥ ਜਾਊਗਾ। ਕੈਮਰਾ ਪਰਸਨ ਹਨੀ ਦੇ ਨਾਲ ਅਜੇ ਸੈਣੀ ਦੀ ਰਿਪੋਰਟ।